ਤੋਂ ਸਾਧੂ ਸਿੰਘ ਧਰਮਸੋ ਦੇ ਸਾਬਕਾ ਓਐਸਡੀ ਨੇ ਵੱਡਾ ਖੁਲਾਸਾ ਕੀਤਾ ਹੈ ਡੀਐਫਓ ਦੀ ਟ੍ਰਾਂਸਫਰ ਦੇ ਲਈ 10 ਤੋਂ 15 ਲੱਖ ਰੁਪਏ ਲਏ ਜਾਂਦੇ ਸੀ ਉਸਾ ਦੇ ਵਾਲੇ ਨਾਲ ਵੱਡੀ ਖਬਰ ਹੈ ਸਾਧੂ ਸਿੰਘ ਧਰਮਸੋ ਦੇ ਸਾਬਕਾ ਓਐਸਡੀ ਨੇ ਵੱਡਾ ਖੁਲਾਸਾ ਕੀਤਾ ਹੈ ਡੀਐਫਓ ਦੀ ਟ੍ਰਾਂਸਫਰ ਦੇ ਲਈ 10 ਤੋਂ 15 ਲੱਖ ਰੁਪਏ ਲਏ ਜਾਂਦੇ ਸੀ ਵਿਜੀਲੈਂਸ ਦੀ ਪੁੱਛਗਿੱਛ 'ਚ ਚਮਕੌਰ ਸਿੰਘ ਨੇ ਭੇਤ ਖੋਲੇ ਨੇ ਜੰਗਲਾਤ ਅਫਸਰ ਦੇ ਵਜੋਂ ਤੈਨਾਤੀ ਦੇ ਲਈ ਖੁੱਲੀ ਬੋਲੀ ਲੱਗਦੀ ਸੀ ਮਨਪਸੰਦ ਦੀ ਪੋਸਟ ਲੈਣ ਲਈ ਦੇਣੇ ਪੈਂਦੇ ਸੀ 20 ਲੱਖ ਰੁਪਏ ਦੇਣੇ ਪੈਂਦੇ ਸੀ ਜੇ ਮਨਪਸੰਦ ਪੋਸਟ ਲੈਣੀ ਹੈ ਤੇ ਸ਼ਿਵਾਲਿਕ ਹਿਲਸ ਦੇ ਵਿੱਚ ਟ੍ਰਾਂਸਫਰ ਦੇ ਲਈ 25 ਲੱਖ ਰੁਪਏ ਲਏ ਜਾਂਦੇ ਸੀ ਵਿਜੀਲੈਂਸ ਨੂੰ ਓਐਸਡੀ ਦੇ ਘਰੋਂ ਕਈ ਅਹਿਮ ਸਬੂਤ ਵੀ ਹੱਥ ਲੱਗੇ ਨੇ ਧਰਮਸੋਤ ਤੇ ਸਾਥੀਆਂ ਨੂੰ ਅੱਜ ਮੁੜ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਧਰਮਸੋਤ ਕਮਲਜੀਤ ਤੇ ਚਮਕੌਰ ਨੂੰ ਦੁਬਾਰਾ ਰਿਮਾਂਡ ਤੇ ਲੈਣ ਦੀ ਕੋਸ਼ਿਸ਼ ਹੋਏਗੀ ਪੁਲਿਸ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਨੇ ਸੂਤਰਾਂ ਦੇ ਹਵਾਲੇ ਨਾਲ ਅਸੀਂ ਇਹ ਖਬਰ ਸਾਂਝੀ ਕਰ ਰਹੇ ਹਾਂ ਸਾਧੂ ਸਿੰਘ ਧਰਮਸੋਤ ਦੇ ਸਾਬਕਾ ਓਐਸਡੀ ਨੇ ਵੱਡੇ ਖੁਲਾਸੇ ਕੀਤੇ ਨੇ ਪੁੱਛਗਿੱਛ ਦੌਰਾਨ ਡੀਐਫਓ ਦੀ ਟ੍ਰਾਂਸਫਰ ਦੇ ਲਈ 10 ਤੋਂ 15 ਲੱਖ ਰੁਪਏ ਲਏ ਜਾਂਦੇ ਸੀ ਜੰਗਲਾਤ ਅਫਸਰ ਦੇ ਵਜੋਂ ਤੈਨਾਤੀ ਦੇ ਲਈ ਖੁੱਲੀ ਬੋਲੀ ਲੱਗਦੀ ਸੀ ਜੇ ਮਨਪਸੰਦ ਦੀ ਪੋਸਟ ਲੈਣੀ ਹੈ ਤਾਂ 20 ਲੱਖ ਰੁਪਏ ਲਏ ਜਾਂਦੇ ਸੀ ਤੇ ਸ਼ਿਵਾਲਿਕ ਹਿਲਸ ਦੇ ਵਿੱਚ ਟ੍ਰਾਂਸਫਰ ਦੇ ਲਈ 25 ਲੱਖ ਰੁਪਏ ਤਾਂ ਵੱਡੀ ਰਿਸ਼ਵਤਖੋਰੀ ਦਾ ਮਾਮਲਾ ਹੈ ਵੱਡੀ ਕਰਪਸ਼ਨ ਦਾ ਮਾਮਲਾ ਹੈ ਪੂਰਾ ਤੇ ਪੁਲਿਸ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰੇਗੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸਾਬਕਾ ਕੈਬਨਿਟ ਮੰਤਰੀ ਜੰਗਲਾਤ ਮਹਿਕਮੇ ਦੇ ਵਿੱਚ ਕਰਪਸ਼ਨ ਦੇ ਇਲਜ਼ਾਮ ਨੇ ਵੱਡੇ ਲੈਵਲ ਦੇ ਉੱਤੇ ਕਰੋੜਾਂ ਰੁਪਏ ਦੀ ਕਰਪਸ਼ਨ ਦੇ ਇਲਜ਼ਾਮ ਨੇ ਉਹਨਾਂ ਦੇ ਸਾਬਕਾ ਓਐਸਡੀ ਗ੍ਰਿਫਤਾਰ ਕੀਤੇ ਗਏ ਨੇ ਡੀਐਫਓ ਤੇ ਠੇਕੇਦਾਰ ਤੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਤੋਂ ਪੁੱਛਗਿੱਛ ਅਤੇ ਕੁਝ ਸਬੂਤਾਂ ਦੇ ਆਧਾਰ ਤੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋਈ ਦੋ ਸਾਬਕਾ ਓਐਸਡੀ ਦੀ ਗ੍ਰਿਫਤਾਰੀ ਹੋਈ ਜਿਸ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛਗਿੱਛ 'ਚ ਇਹ ਵੱਡੇ ਖੁਲਾਸੇ ਹੋਏ ਨੇ ਰੁੱਖਾਂ ਦੀ ਕਟਾਈ ਰੁੱਖ ਲਗਵਾਉਣ ਦੇ ਵਿੱਚ ਕਮਿਸ਼ਨ ਸੀ ਜੋ ਬਦਲੀਆਂ ਕਰਵਾਈਆਂ ਜਾਂਦੀਆਂ ਸੀ ਜਾਂ ਪੋਸਟਿੰਗਸ ਕਰਵਾਈਆਂ ਜਾਂਦੀਆਂ ਸੀ ਉਸ ਦੇ ਵਿੱਚ ਵੀ ਰਿਸ਼ਵਤ ਲਈ ਜਾਂਦੀ ਸੀ ਇਹ ਕਈ ਕਿਸਮ ਦੇ ਇਲਜ਼ਾਮ ਨੇ ਤੇ ਹੁਣ ਡੀਐਫਓ ਦੀ ਟ੍ਰਾਂਸਫਰ ਦੇ ਲਈ 10 ਤੋਂ 15 ਲੱਖ ਰੁਪਏ ਲਏ ਜਾਂਦੇ ਸੀ ਮਨਪਸੰਦ ਪੋਸਟਿੰਗ ਦੇ ਲਈ 20 ਲੱਖ ਰੁਪਏ ਇਹ ਸਾਰੇ ਖੁਲਾਸੇ ਧਰਮਸੋਤ ਦੇ ਸਾਬਕਾ ਓਐਸਡੀ ਦੇ ਵੱਲੋਂ ਕੀਤੇ ਗਏ ਨੇ ਚਮਕੌਰ ਸਿੰਘ ਨੇ ਇਹ ਭੇਤ ਖੋਲੇ ਨੇ